ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਦਿਆਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਲ ਹਿੰਦੂ ਨੇਤਾ ਸੂਰੀ ਦੇ ਕਾਤਲ ਨੂੰ ਇਨਾਮ ਦਾ ਐਲਾਨ ਸਿੱਖਪੁਰ ਜਸਟਿਸ ਦੇ ਗੁਰਪਤਵੰਤ ਪੰਨੂ ਬੋਲੇ ਸੰਦੀਪ ਨੂੰ ਦੇਣਗੇ 10 ਲੱਖ ਰੁਪਏ। ਜਿਵੇਂ ਦੋਸਤੋ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਹੋਈ ਹਿੰਦੂ ਨੇਤਾ ਸੁਦੀਰ ਸੂਰੀ ਦੀ ਹੱਤਿਆ ਦੇ ਬਾਅਦ ਹੁਣ ਸਿੱਖ ਫੋਰ ਜਸਟਿਸ ਨੇ આરોપી ਸੰਦੀਪ ਸੰਗ ਨੂੰ 10 ਲੱਖ ਰੁਪਏ ਦੇਣ ਦੀ ਗੱਲ ਕਹੀ ਹੈ। ਅੱਤਵਾਦੀ ਗੁਰਪਤਵੰਤ ਸੰਗਾਂ ਪੰਨੂ ਨੇ ਆਪਣੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਐਲਾਨ ਕੀਤਾ ਹੈ ਕਿ ਇਹ ਪੈਸਾ ਸੰਦੀਪ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਮਦਦ ਕਰੇਗਾ। ਅੱਜਕਰ ਜੋਗਾ ਕੇ ਕੱਲ ਹਿੰਦੂ ਨੇਤਾ ਸਦੀਰ ਸੂਰੀ ਦਾ ਅੰਤਿਮ ਸੰਸਕਾਰ ਕੀਤਾ ਜਾਣ ਤੇ ਪੰਨੂ ਨੇ ਕਿਹਾ ਹੈ ਕਿ ਸੰਦੀਪ ਕੋਈ ਅੱਤਵਾਦੀ ਨਹੀਂ ਹੈ ਉਸਨੇ ਪੰਜ ਗੋਲੀਆਂ ਮਾਰੀਆਂ ਜੋ ਕਿ ਹਿੰਦੂ ਨੇਤਾ ਸੂਰੀ ਨੂੰ ਲੱਗੀਆਂ ਹਨ ਤੇ ਸਿਆਸੀ ਚਿਹਰੇ ਦੇ ਆ ਕਤਲ ਦਾ ਮਤਲਬ ਅੱਤਵਾਦ ਨਹੀਂ ਹੁੰਦਾ ਉਸਨੇ ਕਿਸੇ ਜੰਮਕਥਾਂ ਦੇ ਉੱਤੇ ਬੰਬ ਨਹੀਂ ਸੁੱਟਿਆ ਤੇ ਸਿੱਖਪੁਰ ਜਸਟਿਸ ਸੰਦੀਪ ਦੇ ਨਾਲ ਆ ਪੰਨੂ ਨੇ ਐਲਾਨ ਕੀਤਾ ਹੈ ਕਿ ਸਿੱਖਪੁਰ ਜਸਟਿਸ ਸੰਦੀਪ ਦੇ ਨਾਲ ਖੜਾ ਹੈ ਆ ਦੋ ਫਿਸੜੀ ਸਿੱਕਾ ਨੂੰ ਆ ਮਸਲਾਂ ਦੀ ਗੱਲ ਕਰਨ ਵਾਲੇ ਹਿੰਦੂ ਨੇਤਾ ਨੂੰ ਮਾਰਨਾ ਗਲਤ ਨਹੀਂ ਆ ਤੇ ਸੰਦੀਪ ਨੂੰ ਇਨਸਾਫ ਦਵਾਉਣ ਦੇ ਲਈ ਸਖਪੁਰ ਜਹਟਸ ਆ ਮਦਦ ਕਰੇਗੀ ਤੇ ਹਦੇ ਲਈ ਉਹ ਸੰਦੀਪ ਨੂੰ 10 ਲੱਖ ਰੁਪਏ ਦੇਣਗੇ ਤਾਂ ਜੋ ਕਿ ਕਾਨੂੰਨੀ ਲੜਾਈ ਲੜੀ ਜਾ ਸਕੇ ਅਮਰਤਪਾਲ ਦੀ ਚੇਤਾਵਨੀ ਸੂਰੀ ਕਤਲ ਕਿਸ ਦੇ ਵਿੱਚ ਮੈਨੂੰ ਨਾਮਜ਼ਦ ਕੀਤਾ ਤਾਂ ਭੁਗਤਣਾ ਪਵੇਗਾ ਭਾਰੀ ਖਾਮਿਆਜਾ ਨਿਆਣ ਦੋਸਤੋ ਮੋਗਾ ਇਥੋਂ ਦੇ ਗੁਰਦੁਆਰਾ ਸਹਿਬ ਵਿੱਚ ਅਮਰਿਤਪਾਲ ਸਿੰਘ ਨੇ ਕਿਹਾ ਕਿ ਸੂਰੀ ਸੂਰੀ ਸੇਖ ਕੌਮ ਦੇ ਖਿਲਾਫ ਆ ਪੜਕਾਉ ਪਾਸ਼ਨਾ ਦੰਦ ਰਿਹਾ ਜਿਹਦੇ ਕਾਰਨ ਉਸ ਨੂੰ 15 ਆ ਪੁਲਿਸ ਸੁਰੱਖਿਆ ਗਨਮੈਨ ਮਿਲੇ ਹੋਏ ਸਨ ਤੇ ਉਹਦੇ ਹੱਤਿਆ ਤੋਂ ਬਾਅਦ ਸੂਰੀ ਦੇ ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਅਮਰਿਤਪਾਲ ਨੂੰ ਆ ਕੇਸ ਵਿੱਚ ਨਾਮਜ਼ਦ ਕੀਤਾ ਜਾਵੇ ਅਮਰਤ ਪਾਲਸੰਗ ਨੇ ਕਹਿ ਕੇ ਜੇਕਰ ਮੈਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ ਤਾਂ ਸਰਕਾਰ ਤੇ ਪੁਲਿਸ ਨੂੰ ਇਸ ਦਾ ਕਾਮਯਾਬਾ ਭੁਗਤਣਾ ਪਵੇਗਾ ਅ ਦਸਨ ਜੋਗਹਿ ਕੇ ਬੀਤੇ ਸ਼ੁੱਕਰਵਾਰ ਨੂੰ ਕਤਲ ਆ ਕੀਤੇ ਗਏ ਹਿੰਦੂ ਨੇਤਾ ਸਦੀਰਾ ਸੁਰੀ ਦਾ ਅੰਤਮ ਸੰਸਕਾਰ ਅ ਕੱਲ ਬਾਅਦ ਦੁਪਹਿਰ 12 ਵਜੇ ਕੀਤਾ ਗਿਆ ਆ ਪਰਿਵਾਰ ਨੇ ਸਦੀਰਾ ਸੁਰੀ ਨੂੰ ਸ਼ਹੀਦ ਦਾ ਦਰਜਾ ਪਰਿਵਾਰ ਦੇ ਵਿੱਚੋਂ ਇੱਕ ਨੂੰ ਸਰਕਾਰੀ ਨੌਕਰੀ ਹਿੰਦੂ ਆਗੂਆਂ ਨੂੰ ਸੁਰੱਖਿਆ ਹਾਤੇ ਅਮਰਤ ਪਾਲ ਸੰਗ ਦਾ ਨਾ ਫਾਈਰ ਵਿੱਚ ਦਰਜ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਡੀਸੀ ਹਰਪ੍ਰੀਤ ਸਿੰਘ ਸੁਦਨ ਅਤੇ ਕਪਲ ਸਹ ਕਮਿਸ਼ਨਰ ਅਰੁਣਾ ਪਾਲ ਸੰਗ ਨੇ ਸ਼ਾਮ ਕਰੀਬ 6:30 ਵਜੇ ਮੰਨ ਲਿਆ ਸੀ ਭਗਵੰਤ ਮਾਨ ਹੋਂ ਤੱਕ ਦੇ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਬਾਜ ਬਾ ਜੀहां ਦੋਸਤੋ ਭਗਵੰਤ ਮਾਨ ਨੂੰ ਹੋਂ ਤੱਕ ਦੇ ਕਮਜ਼ੋਰ ਮੁੱਖ ਮੰਤਰੀ ਵਜੋਂ ਜਾਣਿਆ ਜਾਵੇਗਾ ਤੇ ਇਹ ਪ੍ਰਗਟਾਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਆ ਪ੍ਰਤਾਪ ਸਿੰਘਾ ਬਾਈਬਣ ਕੀਤਾ ਤੇ ਉਹਨਾਂ ਨੇ ਕਹਿ ਕੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਚਿੰਤਾਜਨਕ ਪੱਧਰ ਤੱਕ ਪਹੁੰਚ ਚੁੱਕਿਆ ਤੇ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਅਪਰਾਧੀ ਖੁੱਲੇ ਆਮ ਕਤਲ ਕਰ ਰਹੇ ਹਨ ਤੇ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ ਆ ਕਾਂਗਰਸੀਆਗੂ ਬਾਈਬਣ ਦੋਸ਼ ਲਾਹੇ ਕਿ ਮਾਨ ਹੁਣ ਤੱਕ ਦੇ ਸਭ ਤੋਂ ਘੱਟ ਸਿਆਸੀ ਪ੍ਰਭਾਵ ਵਾਲੇ ਮੁੱਖ ਮੰਤਰੀ ਸਾਬਤ ਹੋ ਰਹੇ ਹਨ ਜੋ ਕਿ ਸੂਬੇ ਦੀ ਕਾਨੂੰਨ ਵਿਵਸਥਾ ਤੇ ਕਾਬੂ ਪੋਂ ਦੇ ਵਿੱਚ ਨਾਕਾਮ ਰਹੇ ਹੰਤੇ ਜਰੂਰ ਤੋਂ ਸੁਬਰੀ ਵਿੱਚ ਆਪ ਦੀ ਸਰਕਾਰ ਬਣੀ ਤੇ ਉਦੋਂ ਤੋਂ ਬੰਦੂਕ ਆ ਧਾਰੀਆਂ ਹੰਦੇ ਤਾਕਤ ਵਧੀਆ ਤੇ ਇੱਥੇ ਇਸੇ ਤਰ੍ਹਾਂ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਵਿੱਚ ਸ਼ਿਵ ਸੈਨਾ ਆਗੂ ਸੁਦੀਰ ਸੁਰੀਦੇ ਕਤਲ ਦਾ ਮਾਮਲਾ ਤੇ ਇਸ ਤੋਂ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੰਗਾ ਨੂੰ ਵੀ ਦੇਨ ਦੇ ਹੜੇ ਕਤਲ ਕਰ ਦਿੱਤਾ ਗਿਆ ਸੀ ਆ ਬਦਮਾਸ਼ ਦੀਪਕ ਟੀਨੋ ਤੇ ਡਰਾਗ ਸਮਗਲਰ ਅਮਰੀਕਾ ਸੰਗਾਪੂਰ ਦੇ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਪੰਜਾਬ ਵਿੱਚ ਜ਼ੋਰ ਫੜੇਗੀ ਠੰਡ 8 ਤੋਂ ਬਾਅਦ ਬਦਲੇਗਾ ਮੌਸਮ ਆ ਤਾਂ ਦੋਸਤੋ ਪੰਜਾਬ ਦੇ ਵਿੱਚ ਇਸ ਹਫ਼ਤੇ ਆ ਠੰਡ ਹੋਰ ਜ਼ੋਰ ਫੜਨ ਜਾ ਰਹੀ ਹੈ ਦਰਸਲ ਪੰਜਾਬ ਦੇ ਵਿੱਚ ਨਵਾਂ ਪਛਮੀ ਡਿਸਟਰਬੈਂਸ 8 ਨਵੰਬਰ ਤੋਂ ਸਰਗਰਮ ਹੋਣ ਜਾ ਰਿਹਾ ਤੇ ਇਸ ਦੇ ਚੱਲਦੇ ਹੋਏ 8 ਨਵੰਬਰ ਤੋਂ ਬੂੰਦਾਬੰਦੀ ਦੇ ਅਸਾਰ ਹੰ ਤੇ ਹਦਰਾਣ ਦੇੰਦਾ ਤਾਪਮਾਨ ਘਟ ਹੋਵੇਗਾ ਜਿਸ ਦੇ ਨਾਲ ਆ ਠੰਡ ਦਾ ਜੋਰ ਆ ਪੜਨਾ ਸੁਭਾਵਕ ਹੈ ਤੇ ਸ਼ਨੀਵਾਰ ਨੂੰ ਦਿਨ ਦਾ ਪਾਰਾ ਵੀ 30 ਤੋਂ 38 ਡਿਗਰੀ ਸੈਲਸੀਅਸ ਤੱਕ ਆ ਰਿਕਾਰਡ ਕੀਤਾ ਗਿਆ ਤੇ ਮੌਸਮਾ ਵਿਭਾਗ ਦੇ ਮੁਤਾਬਕ ਹਿਮਾਚਲ ਦੇ ਵਿੱਚ ਇਹ ਹਸਾਬ ਤੇ ਜ਼ਿਆਦਾਤਰ ਖੇਤਰਾਂ ਵਿੱਚ ਮੀਂਹ ਦੇ ਅਸਾਰ ਹੰਤੇ ਮੌਸਮਾ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਛਮੀ ਡਿਸਟਰਬੈਂਸ ਸਰਕਾਰਮ ਹੁੰਦੇ ਚੱਲਦੇ ਹੋਏ 6 ਨਵੰਬਰ ਨੂੰ ਚੋਟੀਆਂ ਤੇ ਬਰਬਰੀ ਅਤੇ ਹੇਠਲੇ ਖੇਤਰਾਂ ਦੇ ਵਿੱਚ ਮੀਂਹ ਦੇ ਅਸਾਰ ਹੰਤੇ ਇੱਕ ਹਫ਼ਤੇ ਤੱਕ ਮੌਸਮਾ ਅਜਿਹਾ ਹੀ ਰਹੇਗਾ ਕਣਕ ਦੇ ਬਜਾਈ ਸਰ ਤੇ ਨਹੀਂ ਮਿਲ ਰਹੇ ਬੀਜਾ 10 ਜ਼ਿਲ੍ਹਿਆਂ ਵਿੱਚ ਕਿਲਤ 40 ਕਿਲੋ ਥੈਲੀ ਦਾ ਰੇਟ 1600 ਰੁਪਏ ਯਾਨੀ ਦੋਸਤੋ ਪੰਜਾਬ ਦੇ ਵਿੱਚ 10 ਨਵੰਬਰ ਤੋਂ ਕਣਕ ਦੀ ਬਜਾਈ ਸ਼ੁਰੂ ਹੋ ਜਾਵੇਗੀ ਤੇ ਇਸ ਵਾਰ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕਣਕ ਦੀਆਂ ਕਿਸਮਾਂ 122 187 ਅਤੇ 3086 ਦਾ ਬੀਜ ਸਬਸਿਡੀ ਤੇ ਦੇਣ ਦਾ ਫੈਸਲਾ ਕੀਤਾ ਸੀ ਪਰ ਅਪਲਾਈ ਕਰਨ ਵਾਲੇ ਕਿਸਾਨ ਨੂੰ ਬੀਜਾ ਨਹੀਂ ਮਿਲ ਰਿਹਾ ਖਾਸ ਕਰਕੇ 122 ਅਤੇ 187 ਕਿਸਮ ਦਾ ਕਣਕ ਦਾ ਬੀਜਾਂ ਸਬਸਿਡ ਤੇ ਪਰ ਉਪਲਬਧਤਾ ਬਹੁਤ ਘੱਟ ਹੈ ਤੇ ਇਨ੍ਹਾਂ ਦੂਮਾ ਕਿਸਮਾਂ ਦੇ ਬੀਜਾਂ ਆ ਕਿਸਾਨਾਂ ਦੇ ਵਿੱਚ ਬਿਮਾਰੀਆਂ ਪ੍ਰਤੀ ਆ ਰੋਧਕ ਸ਼ਕਤੀ ਹੋਣ ਦੇ ਕਾਰਨ ਮੰਗ ਹੈ ਤੇ 30 ਸਿਆਸੀ ਕਿਸਮਾਂ ਉਪਲਬਧ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਬੀਜ ਨਵਾਂ ਨਹੀਂ ਹੈ ਤੇ ਪਹਿਲਾਂ ਵੀ ਇਹ ਨੂੰ ਲਗਾ ਚੁੱਕੇ ਹਾਂ ਆ ਪ੍ਰਾਈਵੇਟ ਸਪਲਾਈਅਰ ਦੇ ਕੋਲ 187 ਤੇ 222 ਕਿਸਮਾਂ ਦੇ ਬੀਜ ਉਪਲਬਧ ਹਨ ਤੇ ਇਹਨਾਂ ਨੂੰ ਮਹਿੰਗੇ ਭਾਅ ਦੇ ਉੱਤੇ ਵੇਚਿਆ ਜਾ ਰਿਹਾ ਤੇ ਦੁਕਾਨਾਂ ਤੇ 40 ਕਿਲੋ ਦੇ ਥੈਲੇ ਦਾ ਰੇਟ 1500 ਤੋਂ 1600 ਰੁਪਏ ਦੇ ਕਰੀਬ ਹੈ ਤੇ ਇਹ ਵੀ ਜੇ ਕਿਸਾਨਾਂ ਨੂੰ 275 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਸਬਸਿਡੀ ਤੇ ਦਿੱਤਾ ਜਾ ਰਿਹਾ ਹੈ ਗੌਰਵ ਸਿਮਰਨ ਮੰਡ ਨੂੰ ਜਾਨੂ ਮਾਰਨ ਦੇ ਧਮਕੇ ਗੋਲਡੀ ਬਰਾੜ ਦੇ ਨਾਂ ਤੋਂ ਵਿਦੇਸ਼ੀ ਨੰਬਰ ਤੋਂ ਆਈ ਕਾਲ ਆ ਤਾਂ ਦੋਸਤੋ ਅੰਮ੍ਰਿਤਸਰ ਦੇ ਵਿੱਚ ਹਿੰਦੂ ਨੇਤਾ ਸੁਦੀਰ ਸੁਰੀ ਦੇ ਕਤਲ ਤੋਂ ਬਾਅਦ ਹੁਣ ਲੁਧਿਆਣਾ ਦੇ ਗੌਰਵ ਸਿਮਰਨ ਸਿੰਘ ਮੰਡ ਨੂੰ ਜਾਨੂ ਮਾਰਨ ਦੇ ਧਮਕੇ ਮਿਲੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰ ਗੋਲਡੀ ਬਰਾੜ ਅਪਦੇਸ਼ੀ ਨੰਬਰ +1352968137448 ਤੋਂ ਕਾਲ ਕਰਕੇ ਅਤੇ ਵਟਸਐਪ ਤੇ ਮੈਸੇਜ ਕਰਕੇ ਧਮਕੀਆਂ ਦੇ ਰਿਹਾ ਤੇ ਮੰਡ ਨੂੰ ਇੱਕੀ ਅਤੇ 22 ਅਕਤੂਬਰ ਨੂੰ ਧਮਕੀਆਂ ਵੀ ਮਿਲੀਆਂ ਸਨ ਇਹ ਗੈਂਗਸਟਰ ਦੇ ਵੱਲੋਂ ਵਟਸਐਪ ਤੇ ਭੇਜੇ ਗਏ ਮੈਸੇਜ ਦੇ ਵਿੱਚ ਲਿਖਿਆ ਹੈ ਕਿ ਮੰਡ ਤੇਰਾ ਟਾਈਮ ਆ ਗਿਆ ਤੇ ਹੁਣ ਤੂੰ ਵੀ ਆਪਣੇ ਰੱਬ ਨੂੰ ਯਾਦ ਕਰ ਲੈ ਤੇ ਹੁਣ ਤੇਰੀ ਵਾਰੀ ਆ ਤੇ ਬਹੁਤ ਗਲਤ ਬੋਲਿਆ ਤੇ ਹੁਣ ਸੂਰੀ ਚਲਾ ਗਿਆ ਤਿਆਰ ਰਹਿ ਇਹ ਮੇਰੀ ਤੈਨੂੰ ਚੇਤਾਵਨੀ ਹੈ ਜੈ ਬਲਕਾਰੀ ਮੈਂ ਦੇਖਦਾ ਹਾਂ ਕਿ ਤੂੰ ਹੋ ਰਾ ਕਿਨੇ ਦਰਜਾਉਂਦਾ ਰਹਿੰਦਾ ਹੈ ਤੇ ਮੈਂ ਤੇਰੇ ਮਗਰ ਹਾਂ ਤੇ ਹੁਣ ਅਸੂਰੀ ਨੂੰ ਤਾਂ ਮਾਰ ਦਿੱਤਾ ਹੈ ਤੇ ਹੁਣ ਤੇਰੀ ਵਾਰੀ ਆ ਤੇ ਸਿਰ ਵਿੱਚ ਗੋਲੀ ਮਾਰ ਦੇਵਾਂਗਾ ਤੇ ਤੂੰ ਜਿੰਨੇ ਸੁਰੱਖਿਆ ਲੈਣੀ ਚਾਹੁੰਦਾ ਹੈ ਲੈ ਲੈ ਮੈਂ ਤੈਨੂੰ ਉੱਥੇ ਗੋਲੀ ਮਾਰ ਦੇਵਾਂਗਾ ਕੇਂਦਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਇਹ ਕਿਹਾ ਜਨਗਣ ਮਨ ਅਤੇ ਬੰਦੇ ਮਾਤਰਮ ਨੂੰ ਮਿਲੇ ਬਰਾਬਰ ਦਾ ਦਰਜਾ ਜੀहां ਦੋਸਤੋ ਜਨਗਣ ਮਨ ਅਤੇ ਬੰਦੇ ਮਾਤਰਮ ਦਾ ਆ ਦਰਜਾ ਬਰਾਬਰ ਦਾ ਹੈ ਤੇ ਨਾਗਰਿਕਾਂ ਨੂੰ ਦੋਵਾਂ ਨੂੰ ਬਰਾਬਰ ਦਾ ਸਨਮਾਨ ਦੇਣਾ ਚਾਹੀਦਾ ਹੈ ਤੇ ਕੇਂਦਰ ਸਰਕਾਰ ਨੇ ਇਹ ਗੱਲ ਦਿੱਲੀ ਹਾਈ ਕੋਰਟ ਦੇ ਵਿੱਚ ਦਾਇਰ ਕੀਤੇ ਇੱਕਾ ਪਟੀਸ਼ਨ ਦੇ ਜਵਾਬ ਦਿੰਦੇ ਹੋਏ ਕਹੀ ਹੈ ਤੇ ਉਕਤ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਆ ਕਿ ਆ ਬੰਦੇ ਮਾਤਰਬ ਨੂੰ ਵੀ ਓਨੇ ਦਰਜਾ ਅਤੇ ਸਨਮਾਨ ਮਿਲਣਾ ਚਾਹੀਦਾ ਜੋ ਕਿ ਰਾਸ਼ਟਰੀ ਗੀਤ ਨੂੰ ਦਿੱਤਾ ਜਾਂਦਾ ਹੈ ਤੇ ਇਸ ਤੋਂ ਇਲਾਵਾ ਰਾਸ਼ਟਰੀ ਗੀਤ ਦੇ ਸਤਕਾਰ ਸੁਬੰਧ ਦੇ ਅਨਾਰਦੇਸ਼ ਤਿਆਰ ਕਰਨ ਦੀ ਵੀ ਮੰਗ ਕੀਤੀ ਗਈ ਸੀ ਅਸਤੇ ਹਾਈ ਕੋਰਟ ਨੇ ਗ੍ਰਹਿ ਮੰਤਰਾਲਾ ਸਿੱਖਿਆ ਮੰਤਰਾਲਾ ਸੱਭਿਆਚਾਰ ਮੰਤਰਾਲਾ ਤੇ ਕਾਨੂੰਨ ਮੰਤਰਾਲਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸੀ 8 ਨਵੰਬਰ ਨੂੰ ਗੁਰਪਰਬ ਵਾਲੇ ਦਿਨ ਸੇਵਾ ਕੇਂਦਰ ਵਿੱਚ ਰਵੇਗੀ ਛੁੱਟੀ ਜੀहां ਦੋਸਤੋ ਡੈਪਟੀ ਕਮਿਸ਼ਨਰ ਸ਼ਖਤੀ ਇਸਾਨੀ ਨੇ ਦੱਸਿਆ ਕਿ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪਰਬ ਮੌਕੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦੇ ਵਿੱਚ ਛੁੱਟੀ ਰਵੇਗੀ ਤੇ ਉਹਨਾਂ ਦਾ ਕਹਿਣਾ ਕਿ 8 ਨਵੰਬਰ ਦੀ ਛੁੱਟੀ ਤੋਂ ਇਲਾਵਾ ਹੋਰਨਾਂ ਦਿਨਾਂ ਦੇ ਵਿੱਚ ਸੇਵਾ ਕੇਂਦਰ ਆਪਣੀਆਂ ਆਮ ਬਾਂਗ ਸੇਵਾਵਾਂ ਮਾ ਜਾਰੀ ਰੱਖਣਗੇ ਬੀਬੀ ਜੰਗੀਰ ਕੌਰ ਕੇਂਦਰ ਦੀ ਪਾਇਪਾ ਦੇ ਹੱਥਾਂ ਦੇ ਵਿੱਚ ਖੇਡ ਰਹੀ ਸੁਖਵੀਰ ਬਾਦਲਤਾ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਆਖਿਆ ਕਿ ਬੀਬੀ ਜੰਗੀਰ ਕੌਰ ਇਸ ਸਮੇਂ ਪਾਇਪਾ ਦੇ ਹੱਥਾਂ ਦੇ ਵਿੱਚ ਖੇਡ ਰਹੀ ਹੈ ਤੇ ਉਹਨਾਂ ਨੇ ਆਖਿਆ ਕਿ ਅਕਾਲੀ ਦਲ ਨੇ ਬੀਬੀ ਜੰਗੀਰ ਕੌਰ ਨੂੰ ਚਾਰ ਬਾਰ ਐਜਪੀਸੀ ਦਾ ਪ੍ਰਧਾਨ ਬਣਾਇਆ ਤੇ ਮੰਤਰੀ ਬਣਾਇਆ ਵਿਧਾਇਕ ਬਣਾਇਆ ਫਿਰ ਵੀ ਬੀਬੀ ਜੰਗੀਰ ਕੌਰ ਦੇ ਵੱਲੋਂ ਐਜਪੀਸੀ ਦੀ ਪ੍ਰਧਾਨਗੀ ਦੇ ਲਈ ਪਾਰਟੀ ਦੇ ਮਿਲਬਰ ਦੇ ਬਰਾਬਰ ਖੜਾ ਹੋਣਾ ਸਪਸ਼ਟ ਕਰਦਾ ਹੈ ਕਿ ਹੁਣ ਆ ਬੀਬੀ ਕੇਂਦਰ ਦੇ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ ਜੀ 20 ਇਸ ਮੇਲਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਸਬੰਧੇ ਸਾਬਕਾ ਕੈਬਨਟ ਕਮੇਟੀ ਦੀ ਪਹਿਲੀ ਮੀਟਿੰਗਾਂ ਜੀ ਹਾਂ ਦੋਸਤੋ ਮੱਖ ਮੰਤਰੀ ਭਗਵੰਤ ਮਾਨ ਦੇ ਅਗਵਾਈ ਵਾਲੀ ਸੁਭਾ ਸਰਕਾਰ ਦੇ ਵੱਲੋਂ ਅਮਰitsar ਵੇਖੇ ਹੁਣ ਵਾਲੇ ਜੀ 20 ਸ਼ਿਖਰ ਸਿਮੇਲਨ ਨੂੰ ਸਫਲ ਬਣਾਉਣ ਦੇ ਉਦੇਸ਼ ਦੇ ਨਾਲ ਸਿਮੇਲਨ ਦੀਆਂ ਤਿਆਰੀਆਂ ਦੇ ਨਗਰਾਨੀਆ ਤੇ ਸੁਭਾ ਸਰਕਾਰ ਦੇ ਵੱਲੋਂ ਘਟਨਾ ਕੀਤੀ ਗਈ ਸਬ ਕਮੇਟੀ ਦੀ ਪਹਿਲੀ ਮੀਟਿੰਗ 7 ਨਵੰਬਰ ਨੂੰ 2022 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਹੈ ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਡੈਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ્ય ਰਸਾ ਕੇ ਰਾਜ ਸਰਕਾਰ ਦੇ ਵੱਲੋਂ ਜੀ20 ਸਮੇਲਨ ਦੀ ਮਹੱਤਤਾ ਨੂੰ ਦੇਖਦਿਆਂ ਸਬ ਕਮੇਟੀ ਦਾ ਗਠਨ ਕੀਤਾ ਗਿਆ ਤਾਂ ਜੋ ਇਸ ਮੌਕੇ ਪੰਜਾਬ ਰਾਜ ਨੂੰ ਦੁਨੀਆ ਭਰ ਦੇ ਨਕਸ਼ੇ ਦੇ ਵਿੱਚ ਸ਼ਹਿਰ ਸਪਾਟੇ ਦੇ ਕੇਂਦਰ ਦੇ ਵਜੋਂ ਪੇਸ਼ ਕੀਤਾ ਜਾ ਸਕੇ ਉਨ੍ਹਾਂ ਨੇ ਦੱਸਿਆ ਕਿ ਇਸੇ ਮਕਸਦ ਦੇ ਨਾਲ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰਦੇਵ ਪ੍ਰਧਾਨ ਕੀਤੇ ਹੈ ਟੈਕ ਸਬਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਜਿਸ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕੈਬਨਟ ਮੰਤਰੀ ਹਰਪਜਨ ਸਿੰਘ ਸ਼ਾਮਲ ਹਨ ਕਾਂਗਰਸ ਵੱਲੋਂ ਹਿਮਾਚਲ ਚੋਣਾਂ ਦੇ ਲਈ ਮੈਨੀਫੈਸਟੋ ਜਾਰੀ 10 ਕਰੋੜਾ ਸਟਾਰਟਅਪ ਫੰਡ ਸਮੇਤ ਅਾਕੀਤੇ ਕਈ ਵੱਡੇ ਵਾਅਦੇ ਜਿਨ੍ਹਾਂ ਦੋਸਤੋ ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਕਾਂਗਰਸ ਨੇ ਸ਼ਨੀਵਾਰ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਮਜੂਰਗਿਰ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ ਤੇ ਪਾਰਟੀ ਨੇ ਹਰ ਹਲਕੇ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ 300 ਯੂਨਿਟ ਮੁਫਤ ਬਿਜਲੀ ਅਤੇ 10 ਕਰੋੜ ਰੁਪਏ ਸਟਾਰਟਅੱਪ ਫੰਡ ਦੇਣ ਦਾ ਵਾਅਦਾ ਕੀਤਾ ਹੈ ਟੂਰਨਾ ਮਨੋਰਥਾ ਪੱਤਰ ਜਾਰੀ ਕਰਨ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਰਾਜੀਵ ਸ਼ੁਕਲਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਫਾ ਪ੍ਰਧਾਨ ਸੁਖਵਿੰਦਰ ਸਿੰਘ ਸੁਖੂ ਅਤੇ ਆਈਏਸੀਸੀ ਦੇ ਸਖਤਰ ਤਜਿੰਦਰ ਪਾਲ ਬਿੱਟੂ ਅਤੇ ਮਨੀਸ਼ ਚਾਤਰਾਤ ਵੀ ਮੌਜੂਦ ਸਨ ਵਿਜੀਲੈਂਸ ਨੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਘੁਟਾਲੇ ਨੂੰ ਲੈ ਕੇ ਸ਼ੁਰੂ ਕੀਤੀ ਜਾਂਚ ਤਾਂ ਦੋਸਤੋ ਪੰਜਾਬ ਦੇ ਵਿੱਚ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਕਥਤ ਕਪੜੇ ਦੀ ਵਿਜੀਲੈਂਸ ਅਭਿਰੋ ਨੇ ਜਾਂਚੇ ਸ਼ੁਰੂ ਕਰ ਦਿੱਤੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਐਸਾ ਕਥਿਤ ਕਪਲੇ ਦਾ ਪਰਦਾਫਾਸ਼ ਕਈ ਸਿਆਸੀ ਆਗੂਆਂ ਤੇ ਪ੍ਰੇਦਾਰਤਿਆਂ ਨੇ ਸ਼ੁਰੂ ਕੀਤਾ ਸੀ ਅਤੇ ਹੁਣ ਵਿਜੀਲੈਂਸ ਆ ਵਿਭਾਗ ਇਸ ਦੀ ਜਾਂਚ ਕਰੇਗਾ ਤੇ ਜਾਣਕਾਰੀ ਦੇ ਅਨੁਸਾਰ ਐਸਾ ਪ੍ਰੀਖਿਆ ਦੇ ਨਤੀਜਿਆਂ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਗੂਆਂ ਦੇ ਵੱਲੋਂ ਕਪਲੇਬਾਜੀ ਅਤੇ ਧੂਕਾ ਧੜੀ ਦੇ ਦੋਸ਼ ਲਾਇਆ ਗਏ ਸਨ ਤੇ ਦੂਜੇ ਪਾਸੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਬੰਦੇ ਅਜੇ ਹਾ ਕੋਈ ਸਬੂਤ ਨਹੀਂ ਹੈ ਤੇ ਜਸ ਤੋਂ ਕਿਹਾ ਜਾ ਸਕੇ ਭਾਰਤੀ ਦਰਾਨ ਕਿਸੇ ਤਰ੍ਹਾਂ ਦੀ ਤੋਖਾ ਧੜੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਵਿਭਾਗ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਵਿਆਹਾਂ ਦੇ ਸੀਜ਼ਨ ਦੇ ਵਿੱਚ ਸੋਨੇ ਚਾਂਦੀਆਂ ਕੀਮਤਾਂ ਦੇ ਵਿੱਚ ਹੋਇਆ ਵਾਧਾ ਇੱਥੇ ਜਾਣੋ ਪੂਰੇ ਹਫ਼ਤੇ ਦਾ ਸਰਾਫਾ ਬਾਜ਼ਾਰ ਦੀ ਹਾਲਤਤਾ ਦੋਸਤੋ ਭਾਰਤ ਦੇ ਵਿੱਚ ਵਿਆਹਾਂ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਤਿੰਨ ਨਵੰਬਰ ਅਤੇ ਦਸੰਬਰ ਦੇ ਮਹੀਨਿਆਂ ਦੇ ਵਿੱਚ ਭਾਰਤ ਵਿੱਚ ਧਮਾਕੇਦਾਰ ਵਿਆਹ ਹੋਣ ਜਾ ਰਹੇ ਹਨ ਤੇ ਪਿਛਲੇ ਦੋ ਸਾਲਾਂ ਦੇ ਵਿੱਚ ਕਰੋਨਾ ਮਹਾਮਾਰੀ ਦੇ ਪ੍ਰਸ਼ਾਮੇ ਕਾਰਨ ਵਿਆਹ ਸ਼ਾਦੀਆਂ ਦੇ ਨਾਲ ਜੁੜੇ ਕਾਰੋਬਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਸਨ ਪਰ ਹੁਣ ਕਰੋਨਾ ਤੋਂ ਕਾਬੂ ਪਹੁੰਚ ਤੋਂ ਬਾਅਦ ਲੋਕ ਹੁਣ ਪਹਿਲਾ ਵਾਂਗ ਐਸਾ ਸੀਜ਼ਨ ਦਾ ਆਨੰਦ ਲੈ ਸਕਦੇ ਹਨ ਅਜਿਹੇ ਵਿੱਚ ਲੋਕ ਇਸ ਮੌਸਮ ਦੇ ਵਿੱਚ ਸੋਨਾ ਚਾਂਦੀ ਦੀ ਖਰੀਦਦਾਰੀ ਕਰਦੇ ਹਨ ਤੇ ਇਸ ਹਫ਼ਤੇ ਵਪਾਰਕ ਹਫ਼ਤੇ ਦੇ ਵਿੱਚ ਸੋਨੇ ਅਤੇ ਚਾਂਦੀ ਆ ਦੋਮਨੀਆਂ ਕੀਮਤਾਂ ਦੇ ਵਿੱਚ ਬਾਜ਼ਾਰ ਦਾ ਹੋਇਆ ਸੋਨੇ ਦੀ ਕੀਮਤ ਵਿੱਚ 42 ਰੁਪਏ ਪ੍ਰਤੀ 10 ਗ੍ਰਾਮ ਦਾ ਵਾਅਦਾ ਦਰਜ ਕੀਤਾ ਗਿਆ ਤੇ ਦੂਜੇ ਪਾਸੇ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 1405 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਅਦਾ ਦਰਜ ਕੀਤਾ ਗਿਆ ਹੈ